ਜੀ ਘਰ ਵਾਲੀ ਕੀ ਚਾਹੁੰਦੀ ਹੈ ਜੱਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਦਾ ਕਿ ਜਿਸ ਦੇ ਵਿੱਚ ਤੁਸੀਂ ਆਨਸਰ ਦੇਣਾ ਵਾ ਤੇ ਕਿ ਜੇਕਰ ਘਰ ਵਾਲੀ ਘਰ ਵਾਲੇ ਨਾਲ ਲੜ ਕੇ ਆਪਣੇ ਪੇਕੇ ਚਲੀ ਜਾਵੇ ਤਾਂ ਸਭ ਤੋਂ ਪਹਿਲਾਂ ਕਿਸ ਦਾ ਫਰਜ਼ ਬਣਦਾ ਕਿ ਉਹ ਆਪਣੀ ਘਰ ਵਾਲੀ ਨੂੰ ਜਾਂ ਫੋਨ ਕਰੇ ਜਾਂ ਘਰ ਵਾਲੀ ਦਾ ਫਰਜ਼ ਬਣਦਾ ਆਪਣੇ ਘਰ ਵਾਲੇ ਨੂੰ ਫੋਨ ਕਰੇ ਸਭ ਤੋਂ ਪਹਿਲਾਂ ਫਰਜ਼ ਕਿਸ ਦਾ ਕੁਛ ਵੀ ਆ ਇਹ ਤੁਸੀਂ ਦੱਸਣਾ ਵਾ ਘਰ ਵਾਲੇ ਦਾ ਫਰਜ਼ ਬਣਦਾ ਕੀ ਬਣਦਾ ਜੀ ਮਤਲਬ ਘਰ ਵਾਲੇ ਨੂੰ ਫੋਨ ਕਰੇ ਵਾਈਫ ਨੂੰ ਫੋਨ ਜਦੋਂ ਰਿਸਕੇ ਕਾਫੀ ਚਲੇਗੀ ਹਾਂ ਵਾਈਫ ਨੂੰ ਫੋਨ ਕਰੇ ਓਕੇ ਉਹਨੂੰ ਪੁੱਛੇ ਹਾਂਜੀ ਤੈਨੂੰ ਕੀ ਪ੍ਰੋਬਲਮ ਆਈ ਆ ਕਿਉਂਕਿ ਵਾਈਫ ਵਾਸਤੇ ਬਗਾਨਾ ਘਰ ਆ ਉਹਦਾ ਆਪਣਾ ਘਰ ਉਦੋਂ ਬਣਦਾ ਜਦੋਂ ਹਸਬੈਂਡ ਗੱਲ ਕਰਦਾ ਉਦੋਂ ਉਹਦਾ ਆਪਦਾ ਘਰ ਬਣਦਾ ਜਦੋਂ ਹਸਬੈਂਡ ਕਹਿੰਦਾ ਕੋਈ ਗੱਲ ਨੀ ਜੇ ਮੇਰਾ ਮਾਂ ਪਿਓ ਤੈਨੂੰ ਕੁਛ ਮਾੜਾ ਚੰਗਾ ਕਹਿੰਦਾ ਵੀ ਆ ਨਾ ਕੋਈ ਗੱਲ ਨੀ ਤੇ ਉਦੋਂ ਉਹਦਾ ਆਪਦਾ ਘਰ ਬਣਦਾ ਜਦੋਂ ਹਸਬੈਂਡ ਸਾਥ ਨਾ ਦੇਵੇ ਜਦੋਂ ਕਵੇ ਕਿ ਨਹੀਂ ਮੇਰਾ ਐ ਉਹ 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 ਗਲਤ ਆ ਜੋ ਮਰਜ਼ੀ ਹੋਵੇ ਹਸਬੈਂਡ ਦਾ ਮੇਨ ਫਰਜ਼ ਇਹ ਆ ਕਿ ਆਪਣੀ ਘਰ ਵਾਲੀ ਦਾ ਸਾਥ ਦੇਵੇ ਜੋ ਹੁੰਦਾ ਘਰ ਦੇ ਵਿੱਚ ਉਹਨੂੰ ਮੈਨੇਜ ਕਰੇ ਇਗਨੋਰ ਕਰੇ ਉਸ ਚੀਜ਼ ਨੂੰ ਨਹੀਂ ਇਗਨੋਰ ਨਹੀਂ ਕਰੇ ਮੈਨੇਜ ਕਰੇ ਮੈਨੇਜ ਕਰੇ ਮੈਨੇਜ ਕਰੇ ਗੱਲ ਕੀ ਆ ਮਤਲਬ ਇਹੀ ਰਿਵਿਊ ਆ ਕਿ ਹਸਬੈਂਡ ਦਾ ਇਹ ਪਹਿਲਾ ਫਰਜ਼ ਹੈ ਜੇਕਰ ਵਾਈਫ ਰੁਸਕੇ ਚਲੇ ਜਾਂਦੇ ਹਸਬੈਂਡ ਦਾ ਫਰਜ਼ ਹੈ ਕਿ ਪਹਿਲਾਂ ਉਹ ਵਾਈਫ ਨਾਲ ਇੱਕ ਵਾਰੀ ਗੱਲ ਕਰੇ ਯਾਰ ਕਮਾਲ ਆ ਜੇ ਹਸਬੈਂਡ ਆਪਣੀ ਵਾਈਫ ਨਾਲ ਗੱਲ ਨਹੀਂ ਕਿਲੇ ਕਰੂਗਾ ਤੇ ਵਾਈਫ ਦੇ ਮਨ ਚ ਇਹੀ ਹੋਣਾ ਕਿ ਮੈਂ ਚਾਹੁੰਦੀ ਇਹਨੂੰ ਹਾਂ ਬਿਲਕੁਲ ਇਹ ਬੰਦਾ ਰਾਤ ਨੂੰ 10 ਵਜੇ ਆਉਂਦੀ ਆ ਮੈਂ ਰੋਟੀ ਲਾਉਣੀ ਆ ਇਹ ਬੰਦਾ 11 ਵਜੇ ਆਉਂਦਾ ਮੈਂ ਰੋਟੀ ਲਾਉਣੀ ਆ ਇਹ ਬੰਦਾ 12 ਵਜੇ ਆਉਂਦਾ ਮੈਂ ਰੋਟੀ ਲਾਉਣੀ ਆ ਜੇ ਅੱਜ ਮੈਂ ਆਪਦੇ ਘਰੇ ਚਲੀ ਗਈ ਤੇ ਇਹ ਬੰਦੇ ਦਾ ਫਰਜ਼ ਨਹੀਂ ਮੈਨੂੰ ਫੋਨ ਕਰੇ ਚਲੋ ਜੱਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਥੈਂਕ ਯੂ ਹਾਂਜੀ ਵਾਈਫ ਦਾ ਇਹ ਫਰਜ਼ ਬਣਦਾ ਕਿ ਮਾਂ ਪਿਓ ਤੁਹਾਨੂੰ ਚੰਗਾ ਸਮਝੇ ਨਾ ਸਮਝੇ ਪਰ ਉਹਨਾਂ ਨੂੰ ਰੋਟੀ ਦਿਓ ਹਾਂ ਸ਼ੁਕਰੀਆ ਜੀ ਜਲਦੀ ਮਿਲਦਾ ਤੁਹਾਡੇ ਨਾਲ ਥੈਂਕ ਯੂ ਸੋ ਮਚ